ਪੰਜਾਬ ਦੇ ਲੋਕੋ ਹੋ ਜਾਓ ਸਾਵਧਾਨ ਪੰਜਾਬ ਤੇ ਮੰਡਰਾਇਆ ਇੱਕ ਵਾਰ ਫਿਰ ਹੜ੍ਹ ਦਾ ਖਤਰਾ ਬਿਆਸ ਦਰਿਆ ਤੇ ਬਣੇ ਪੰਡੋਰ ਡੈਮ ਦੇ ਖੋਲੇ ਗਏ ਗੇਟ ਜਿਸ ਕਰਕੇ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੱਧ ਗਿਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਪਾਣੀ ਦਾ ਵਹਾਅ ਕਿੰਨੀ ਤੇਜ਼ੀ ਨਾਲ ਜਾ ਰਿਹਾ ਹੈ ਇਹ ਇਸ਼ਾਰਾ ਦੇ ਰਿਹਾ ਹੈ ਕਿ ਪੰਜਾਬ ਤੇ ਆਉਣ ਵਾਲਾ ਹੈ ਵੱਡਾ ਖਤਰਾ ਬਿਆਸ ਨੇ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਗੱਲ ਕਰਦੇ ਹਾਂ ਹਿਮਾਚਲ ਪ੍ਰਦੇਸ਼ ਦੀ ਤਾਂ ਉੱਥੇ ਵੀ ਕਈ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਹੜ੍ਹ ਤੇ ਬੱਦਲ ਫਟਣ ਕਾਰਨ ਕਈ ਲੋਕ ਮੰਡੀ ਕੁੱਲੂ ਵਿੱਚ ਮਾਰੇ ਗਏ ਤੇ ਕਈਆਂ ਨੂੰ ਹਜੇ ਰੈਸਕਿਊ ਕੀਤਾ ਜਾਣਾ ਹੈ ਪੰਡੋਰ ਡੈਮ ਦੇ ਗੇਟ ਨੂੰ ਖੋਲਣ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਪੰਜਾਬ ਤੇ ਖਤਰੇ ਦੀ ਘੰਟੀ ਦੀਆਂ ਨੇ ਜਿਸ ਕੇ ਕਾਰਨ ਨਦੀ ਕੇ ਕਿਨਾਰੇ ਜੋ ਲੋਕ ਰਹਿ ਰਹੇ ਥੇ ਉਸਕੇ ਕਾ ਉਸਸੇ ਕਾਫੀ ਸ਼ਤੀ ਪ੍ਰਦੇਸ਼ ਕੋ ਹੋਈ ਅਭੀ ਤੱਕ ਸੂਚਨਾ ਕੇ ਮੁਤਾਬਿਕ 50 ਲੋਕ ਮਿਸਿੰਗ ਹੈ ਔਰ 2 ਲੋਗੋਂ ਕੀ ਡੈਡ ਬੋਡੀ ਕੋ ਰਿਕਵਰ ਕਰ ਲਿਆ ਗਿਆ ਹੈ ਨਿਸ਼ਚਿਤ ਰੂਪ ਸੇ NDRF ਕੀ ਟੀਮ SDRF ਕੀ ਟੀਮ ਔਰ ਹਮਾਰੇ ਡਿਪਟੀ ਕਮਿਸ਼ਨਰਸ ਹਮਾਰੇ SDM ਸਭ ਘਟਨਾ ਸਥਲ ਪਰ ਹੈ ਪੁਲਿਸ ਵਿਭਾਗ ਘਟਨਾ ਸਥਲ ਪਰ ਹੈ ਅਭੀ ਹਮਾਰੀ ਅਧਿਕਾਰੀਓਂ ਕੀ ਉਸ ਸਤਰੀਏ ਬੈਠਕ ਹੋਈ ਹੈ ਸਭੀ ਪ੍ਰਕਾਰ ਕੇ ਪ੍ਰਬੰਧ ਹਮਨੇ करने के निर्देश वह रेवेन्यू मिनिस्टर के माध्यम से सभी डिप्टी कमिश्नर्स को दे दिए गए थे सेना से भी मदद मांगी गई है और काफ़ी नुकसान प्रदेश को अभी हुआ है और अभी अगले 36 घंटे में यह और अधिक बारिश होने की संभावना है मैं हिमाचल प्रदेश के सभी जो हमारी लोग हैं उनसे अनुरोध करना चाहता हूं कि वो नदी नालों के किनारे नहीं जाएं और जहां भी नदी नालों में क्रॉस करने की कोशिश ना की जाए अभी अपने सुरक्षित स्थानों पर ही रहें